ਜ਼ਿੰਮੇਵਾਰੀ ਪਬਲਿਕ ਨੇ ਦਿੱਤੀ ਹੈ, ਉਸ ਤੋਂ ਬਾਅਦ ਅੱਜ ਪਰਿਵਾਰਿਕ ਜ਼ਿੰਮੇਵਾਰੀ ਦੇ ਵਿੱਚ ਬੱਝੀ ਹੈ। ਸੋ ਜਿਸ ਤਰੀਕੇ ਨਾਲ ਜਿਹੜੀਆਂ ਪਬਲਿਕ ਦੀਆਂ ਜਿਹੜੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨਿਭਾਉਣੀਆਂ, ਉਸੇ ਤਰੀਕੇ ਦੇ ਨਾਲ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣ ਦੀ ਕੋਸ਼ਿਸ਼ ਕਰੂੰਗੀ। ਔਰ ਕਿਉਂਕਿ ਜ਼ਿੰਦਗੀ ਰਾਜਨੀਤੀ ਦੇ ਵਿੱਚ ਵਿਚ ਰਿਹਾ ਤਾਂ ਜ਼ਿੰਮੇਵਾਰੀਆਂ ਵੱਡੀਆਂ ਸੀ, ਸੋ ਜ਼ਿੰਮੇਵਾਰੀਆਂ ਵੰਡਾਉਣ ਵਾਲਾ ਚਾਹੀਦਾ ਸੀ, ਇਸ ਕਰਕੇ ਜਿਹੜਾ ਇਹ ਫੈਸਲਾ ਲਿਆ। ਸੋ ਆਮ ਪਰਿਵਾਰ 'ਚ ਜਿੰਨੇ ਜੋਗੇ ਹੈਗੇ ਸੀ ਉਹਨਾਂ 'ਚ ਅਸੀਂ ਕੀਤਾ, ਇਸੇ ਕਰਕੇ ਕਿਉਂਕਿ ਹਰ ਵਾਰੀ ਇਹੀ ਸੁਨੇਹਾ ਦਿੰਦੇ ਹਾਂ ਅਤੇ ਪਹਿਲ ਆਪਣੇ ਆਪ ਜਿਹੜੀ ਕਰਨੀ ਉਹ ਜ਼ਰੂਰੀ ਹੁੰਦੀ ਹੈ।